ਕਿ ਬੱਚਿਆਂ ਨੂੰ ਚੰਗੀ ਸਿਹਤ ਬਣਾਉਣ ਦੇ ਲਈ ਦਿੱਤਾ ਜਾਣ ਵਾਲਾ ਖਾਣਾ ਕਿ ਵਾਕਈ ਸਹੀ ਕੁਆਲਿਟੀ ਦਾ ਨਹੀਂ ਹੈ। ਸਾਡੇ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ, ਜਿਨ੍ਹਾਂ ਦੇ ਸਿਰ ਤੇ ਜ਼ਿੰਮੇਵਾਰੀ ਹੈ ਕਿ ਉਹਨਾਂ ਨੇ ਇਸ ਚੀਜ਼ ਨੂੰ ਯਕੀਨੀ ਬਣਾਉਣਾ। ਡਾਕਟਰ ਸਾਹਿਬ, ਕਿਉਂ ਐਸੇ ਸਵਾਲ ਉੱਠੇ? ਕਿਉਂਕਿ ਬੱਚਿਆਂ ਨੂੰ ਖਾਣਾ ਤਾਂ ਦੇਣਾ ਹੈ ਕਿ ਉਹਨਾਂ ਦੀ ਸਿਹਤ ਸੋਹਣੀ ਹੋਊਗੀ, ਬੱਚਿਆਂ ਦੇ ਲਈ ਫੂਡ ਜ਼ਿੰਮੇਵਾਰੀ ਚੱਕੀ ਹੈ ਸਰਕਾਰ ਨੇ, ਉਸੇ ਖਾਣੇ ਤੇ ਸਵਾਲ ਉੱਠ ਖੜੇ, ਕਹਿੰਦੇ ਸਿਹਤ ਬਣਾਉਂਦਾ ਨਹੀਂ, ਸਿਹਤ ਵਿਗਾੜ ਰਿਹਾ ਖਾਣਾ। ਦੇਖੋ ਜੀ, ਜਿਵੇਂ ਆਂਗਨਵਾੜੀ ਵਰਕਰਸ ਦੀ ਗੱਲ ਕਰਾਂ ਤਾਂ ਜਦੋਂ ਤੋਂ ਸਰਕਾਰ ਬਣੀ ਹੈ ਪ੍ਰੋਟੈਸਟ ਕਰਦੀਆਂ ਰਹਿੰਦੀਆਂ ਨੇ। ਪਹਿਲਾਂ ਪ੍ਰੋਟੈਸਟ ਸੀ, ਸਾਡੀਆਂ ਬਦਲੀਆਂ ਨਹੀਂ ਹੁੰਦੀਆਂ, ਅਸੀਂ ਪਾਲਿਸੀ ਬਣਾ ਕੇ ਬਦਲੀਆਂ ਕਰਨ ਲਾ ਤੀਆਂ, ਫਿਰ ਸਾਡੀਆਂ ਪ੍ਰਮੋਸ਼ਨਸ ਨਹੀਂ ਹੁੰਦੀਆਂ, 150 ਤੋਂ ਉੱਪਰ ਅਸੀਂ ਸੁਪਰਵਾਈਜ਼ਰਸ ਬਣਾਈਆਂ, ਫਿਰ ਸਾਡੀ ਭਰਤੀਆਂ ਨਹੀਂ ਹੁੰਦੀਆਂ, 5000 ਭਰਤੀ ਵੀ ਕਰਦੇ। ਚਲੋ ਵਾਰ ਵਾਰ ਠੀਕ ਹੈ, ਉਹਨਾਂ ਦਾ ਕੰਮ ਹੈ ਕਿ ਮੰਗਾਂ ਰੱਖਣਾ। ਹੁਣ ਲੇਟੈਸਟ ਜੋ ਆਇਆ ਕਿ ਆਂਗਨਵਾੜੀ ਸੈਂਟਰਾਂ ਦੇ ਵਿੱਚ ਖਾਣਾ ਮਿਆਰੀ ਨਹੀਂ ਦਿੱਤਾ ਜਾਂਦਾ, ਜਦਕਿ ਇਹ ਖਾਣਾ 1.5 ਸਾਲ ਤੋਂ ਇਹੀ ਖਾਣਾ ਚੱਲਦਾ ਆ ਰਿਹਾ ਔਰ 1 ਮਹੀਨੇ ਦੇ ਵਿੱਚ ਇਹ ਇਕਦਮ ਇਹ ਕਿਉਂ ਰੋਸ ਸ਼ੋ ਹੋਇਆ। ਔਰ ਮੈਨੂੰ ਵੀ ਲੱਗਿਆ ਕਿ ਕੁਛ ਗਲਤ ਹੋ ਵੀ ਸਕਦਾ, ਕਿਉਂਕਿ ਮਾਰਕਫੈਡ ਨਾਲ MOU ਅਸੀਂ ਕੀਤਾ ਸੀ ਸਾਲ ਪਹਿਲਾਂ, ਔਰ ਮੈਂ ਖੁਦ ਜਾ ਕੇ ਚੈੱਕ ਕੀਤਾ, ਮੈਨੂੰ ਕਿਤੇ ਦੇਖਣ ਨੂੰ ਨਹੀਂ ਮਿਲਿਆ ਕੋਈ ਇਹੋ ਜਿਹੀ ਗੱਲ। ਈਵਨ ਦੈਨ ਅਸੀਂ ਮਾਰਕਫੈਡ ਨੂੰ ਵੀ ਚਿੱਠੀਆਂ ਲਿਖੀਆਂ ਵੀ ਕੀ ਕਾਰਨ ਹੈ, ਕੀ ਘਾਟ ਹੈ। ਕਦੇ ਪ੍ਰਾਈਵੇਟ ਕੰਪਨੀਆਂ ਦਾ ਨਾਮ ਲਿਆ ਜਾ ਰਿਹਾ, ਕਦੇ ਕਿਹਾ ਜਾ ਰਿਹਾ ਕਿ ਬਲੈਕ ਲਿਸਟਡ ਹੈ, ਪਰ ਜੇ ਉਹ ਕੋਈ ਇੱਕ ਵੀ ਗੱਲ ਸਾਬਤ ਕਰ ਦਿੰਦੀਆਂ ਨੇ ਤਾਂ ਫਿਰ ਅਸੀਂ ਡੈਫੀਨੇਟਲੀ ਉਸ ਨੂੰ ਚੇਂਜ ਵੀ ਕਰਾਂਗੇ, ਉਹਦੇ ਤੇ ਐਕਸ਼ਨ ਵੀ ਲਵਾਂਗੇ। ਪਰ ਜੇ ਜੇ ਉਸ ਫੂਡ ਦੀ ਕੁਆਲਿਟੀ ਨੂੰ ਲੈ ਕੇ ਸਵਾਲ ਉੱਠਿਆ ਤਾਂ ਤੁਸੀਂ ਕੀ ਉਹਦੀ ਪ੍ਰੋਪਰ ਜਾਂਚ ਕਰਵਾਈ? ਬੇਸ਼ੱਕ ਤੁਸੀਂ ਕਹਿ ਰਹੇ ਹੋ ਡਿਪਾਰਟਮੈਂਟ ਤੋਂ ਤੁਸੀਂ ਉਹਦਾ ਜਵਾਬ ਮੰਗਿਆ, ਪਰ ਉਸ ਖਾਣੇ ਦੀ ਤੁਸੀਂ ਜਾਂਚ ਕਰਵਾਈ ਕਿ ਵਾਕਈ ਕੀ ਉਹ ਪੂਰਾ ਸਹੀ ਪੌਸ਼ਟਿਕ ਭੋਜਨ ਹੈਗਾ? ਬਿਲਕੁਲ ਜੀ, ਪਹਿਲਾਂ ਜੇ ਕਹਾਂ ਕਿ ਸ਼ੁਰੂ ਕਰਨ ਤੋਂ ਪਹਿਲਾਂ ਵੀ ਅਸੀਂ PAU ਤੋਂ ਓਪੀਨੀਅਨ ਲਿਆ, ਅਸੀਂ ਡਾਇਟੀਸ਼ਨ ਤੋਂ ਓਪੀਨੀਅਨ ਲਿਆ, ਅਸੀਂ ਸਪੈਸ਼ਲਿਸਟ ਤੋਂ ਓਪੀਨੀਅਨ ਲਿਆ ਕਿ ਜੋ ਖਾਣਾ ਅਸੀਂ ਦੇਣ ਜਾ ਰਹੇ ਹਾਂ ਕਿ ਵਾਕਈ ਨਿਊਟ੍ਰੀਸ਼ੀਅਸ ਹੈ। ਔਰ ਜਦੋਂ ਸਵਾਲ ਉੱਠੇ, ਜਦੋਂ ਵੀ ਉੱਠਦੇ ਆ, ਇਹ ਹੁਣ ਨਹੀਂ ਕਿ ਕਦੇ ਵੀ ਕਿਤੇ ਕਹਿਤਾ ਜੀ ਆ ਪੈਕਟ 'ਚ ਕੁਛ ਨਿਕਲਿਆ ਜਾਂ ਕੁਛ ਹੋ ਗਿਆ, ਤਾਂ ਅਸੀਂ ਲੈਬ ਟੈਸਟ ਕਰਵਾਉਂਦੇ ਹਾਂ, ਉਹਦੇ ਲੈਬ ਟੈਸਟ ਵੀ ਅਸੀਂ ਕਰਵਾਏ। ਔਰ ਈਵਨ ਹੁਣ ਵੀ ਮੈਂ ਆਫਿਸਰਸ ਦੀ ਡਿਊਟੀ ਲਾਈ ਹੈ ਕਿ ਹਰ ਜਗ੍ਹਾ ਤੇ ਜਿਹੜੇ ਉਹ ਸੈਂਪਲ ਲੈ ਕੇ ਉਹਨਾਂ ਦੇ ਲੈਬ ਟੈਸਟ ਕਰਵਾਏ ਜਾਣ। ਜਿੰਨੇ ਕੋਲ ਲੈਬ ਟੈਸਟ ਆਏ ਆ, ਸਾਡੇ ਕੋਲ ਰਿਪੋਰਟਸ ਵੀ ਪਈਆਂ ਨੇ, ਕਿਤੋਂ ਕੁਛ ਆਇਆ ਨਹੀਂ। ਮੇਰੀ ਕੋਸ਼ਿਸ਼ ਇਹੀ ਹੈ ਕਿ ਮੈਨੂੰ ਵੀ ਕੁਛ ਲੱਭੇ ਜੇ ਹੈ ਤਾਂ, ਜੇ ਉਹਨਾਂ ਨੂੰ ਕੁਛ ਲੱਭਦਾ ਤਾਂ ਉਹ ਵੀ ਦਿਖਾ ਦੇਣ, ਤੇ ਲੱਭਦਾ ਕੁਛ ਹੈ ਨਹੀਂ। ਫਿਰ ਐਸੇ ਹਾਲਾਤ ਕਿਉਂ ਬਣੇ ਕਿ ਉਸ ਖਾਣੇ ਦੀ ਕੁਆਲਿਟੀ ਨੂੰ ਲੈ ਕੇ ਸਵਾਲ ਉੱਠੇ ਔਰ ਉਸ ਕੁਆਲਿਟੀ ਨੂੰ ਠੀਕ ਕਰਾਉਣ ਦੇ ਲਈ ਪ੍ਰਦਰਸ਼ਨ ਤੱਕ ਦੀ ਨੌਬਤ ਆ ਗਈ? ਆਂਗਨਵਾੜੀ ਵਰਕਰਾਂ ਫਿਰ ਜੇ ਉਹ ਪ੍ਰਦਰਸ਼ਨ ਕਰ ਰਹੇ ਨੇ, ਖਾਣਾ ਤੁਸੀਂ ਕਹਿ ਰਹੇ ਹੋ ਸਹੀ ਹੈ, ਉਹਦੇ ਵਿੱਚ ਕੋਈ ਕਮੀ ਨਹੀਂ, ਫਿਰ ਉਹਦੇ ਵਿੱਚ ਕਾਰਨ ਕੀ, ਕਿਉਂ ਉਹਨਾਂ ਨੂੰ ਪ੍ਰਦਰਸ਼ਨ ਦਾ ਰਸਤਾ ਅਖਤਿਆਰ ਕਰਨਾ ਪਿਆ? ਦੇਖੋ ਜੀ, ਮੈਨੂੰ ਲੱਗਦਾ ਓਬਵੀਅਸ ਹੋ ਜਾਂਦਾ ਕਿ ਆਂਗਨਵਾੜੀ ਵਰਕਰਾਂ ਕਿੱਥੋਂ ਆ ਰਹੀਆਂ ਨੇ, ਕਿੱਥੇ ਪ੍ਰਦਰਸ਼ਨ ਹੋ ਰਹੀ ਹੈ, ਕਿੰਨੀਆਂ ਕੋ ਨੇ ਔਰ ਕਿੱਥੇ ਕਿਹਦੇ ਨਾਲ ਸੰਬੰਧ ਰੱਖਦੀਆਂ ਨੇ। ਸਾਡੇ ਕੋਲ ਬਹੁਤ ਸਾਰੀਆਂ ਯੂਨੀਅਨ, ਬਹੁਤ ਸਾਰੀਆਂ ਆਂਗਨਵਾੜੀ ਵਰਕਰਸ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਇਸ ਚੀਜ਼ ਨੂੰ ਡਿਨਾਈ ਕਰਦੀਆਂ ਨੇ ਕਿ ਫੈਕਟਸ ਨਹੀਂ ਹੈ, ਗਲਤ ਪ੍ਰਚਾਰ ਕੀਤਾ ਜਾ ਰਿਹਾ। ਔਰ ਹੋ ਸਕਦਾ ਇਹਦੇ ਵਿੱਚ ਕੋਈ ਪਿੱਛੇ ਪੋਲੀਟੀਕਲ ਏਜੰਡਾ ਹੋਵੇ, ਔਰ ਉਹ ਸਾਹਮਣੇ ਵੀ ਆ ਰਿਹਾ ਕਿ ਕਿੱਥੋਂ ਕਰਵਾਇਆ ਜਾ ਰਿਹਾ। ਅਗਰ ਕੋਈ ਆਂਗਨਵਾੜੀ ਵਰਕਰ ਨੂੰ ਕੋਈ ਗਲਤ ਇਨਡਿਸਪਲਿਨਰੀ ਐਕਸ਼ਨ ਲੈ ਕੇ ਮਤਲਬ ਉਹਨੂੰ ਬਾਹਰ ਕੱਢਿਆ ਜਾਂਦਾ, ਤਾਂ ਉਹ ਇਸ ਚੀਜ਼ ਨੂੰ ਪੋਲੀਟੀਕਲ ਇੱਕ ਸਹਾਰਾ ਲੈ ਕੇ ਉਹਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੈਂ ਹਾਲੇ ਵੀ ਇਹੀ ਕਹਾਂਗੀ ਕਿ ਜਿੱਥੇ ਕਿਤੇ ਉਹਨੂੰ ਗਲਤ ਲੱਗਦਾ ਜਾਂ ਜਿਹੜੀਆਂ ਸਾਡੀਆਂ ਆਂਗਨਵਾੜੀ ਵਰਕਰਸ ਨੂੰ ਗਲਤ ਲੱਗਦਾ, ਉਹ ਆ ਕੇ ਦੱਸਣ, ਮੇਰੇ ਲਈ ਤਾਂ ਹਮੇਸ਼ਾ ਦਰਵਾਜ਼ੇ ਖੁੱਲੇ ਨੇ। ਤੁਹਾਡੀ ਕੋਈ ਇਸ ਤੋਂ ਪਹਿਲਾਂ ਮੀਟਿੰਗ ਹੋਈ, ਉਹਨਾਂ ਨਾਲ ਗੱਲਬਾਤ ਹੋਈ, ਸਮਝਣ ਦੀ ਕੋਸ਼ਿਸ਼ ਕੀਤੀ ਗਈ ਜਾਂ ਉਹਨਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਗਈ? ਰੀਸੈਂਟਲੀ ਅਸੀਂ ਹਾਲੇ 20-25 ਦਿਨ ਵੀ ਨਹੀਂ ਹੋਏ ਕਿ ਆਂਗਨਵਾੜੀ ਵਰਕਰਸ ਦੀਆਂ ਯੂਨੀਅਨਸ ਨਾਲ ਮੀਟਿੰਗ ਕੀਤੀ, ਮੰਡੇ ਨੂੰ ਵੀ ਇਹਨਾਂ ਨੂੰ ਮੀਟਿੰਗ ਦਿੱਤੀ ਸੀ ਜਿਹੜੀਆਂ ਪ੍ਰਦਰਸ਼ਨ ਕਰ ਰਹੀਆਂ ਨੇ, ਨਹੀਂ ਆਈਆਂ ਮੰਡੇ ਨੂੰ।
ਹੁਣ ਅਲਟੀਮੇਟਲੀ ਚਾਹੁੰਦੀਆਂ ਕੀ ਨੇ ਇਹ ਆਪ ਹੀ ਦੱਸ ਸਕਦੀਆਂ ਨੇ। ਪਰ ਮਸਲਾ ਕਹਿੰਦੇ ਪਾਰਲੀਮੈਂਟ ਤੱਕ ਜਾ ਵੜਿਆ, ਤੁਸੀਂ ਕਹਿ ਰਹੇ ਹੋ ਕੁਛ ਵੀ ਨਹੀਂ ਤੇ ਪਾਰਲੀਮੈਂਟ ਦੇ ਵਿੱਚ ਸਵਾਲ ਉੱਠ ਖੜੇ। ਦੇਖੋ ਜੀ, ਪਾਰਲੀਮੈਂਟ ਚ ਜੇ ਸਵਾਲ ਉੱਠੇ ਆ ਵਿਰੋਧੀ ਧਿਰਾਂ ਵੱਲੋਂ ਉੱਠੇ ਔਰ ਵਿਰੋਧੀ ਧਿਰਾਂ ਵੱਲੋਂ ਹੀ ਜਵਾਬ ਦਿੱਤਾ ਗਿਆ। ਜੇ ਮੈਂ ਗੱਲ ਕਰਾਂ ਕਿ ਹਰਸਿਮਰਤ ਕੌਰ ਬਾਦਲ ਇਹ ਗੱਲ ਕਰ ਰਹੇ ਨੇ ਕਿ ਇੱਥੇ ਜਿਹੜਾ ਖਾਣਾ ਮਿਆਰੀ ਨਹੀਂ ਦਿੱਤਾ ਜਾਂਦਾ, ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਗਿਆ ਜਾਂ ਕੋਈ ਇਹਦੇ ਵਿੱਚ ਲੋਕਾਂ ਨੂੰ ਜ਼ਹਿਰ ਦਿੱਤਾ ਜਾ ਰਿਹਾ, ਘਪਲੇ ਹੋ ਗਏ, ਤਾਂ ਉਹਦੇ ਵਿੱਚ ਸਾਡੇ ਰਿਸਪੈਕਟਡ ਮਿਨਿਸਟਰ ਜੋ ਗਵਰਨਮੈਂਟ ਆਫ ਇੰਡੀਆ ਦੇ ਨੇ ਉਹ ਇੱਕ ਡਾਟਾ ਪੇਸ਼ ਕਰਦੇ ਨੇ, ਹਾਲਾਂਕਿ ਉਹ ਕਿਸੇ ਨੂੰ ਜਵਾਬ ਨਹੀਂ ਦੇ ਰਹੇ ਹੈਗੇ, ਪਰ ਉਹ ਜਿਹੜਾ ਡਾਟਾ ਪੇਸ਼ ਕਰਦੇ ਨੇ ਕਿ ਮਾਲ ਨਰਿਸ਼ਮੈਂਟ ਪੰਜਾਬ ਦੇ ਵਿੱਚ 22 ਤੋਂ ਲੈ ਕੇ 24 ਤੱਕ ਬਹੁਤ ਜ਼ਿਆਦਾ ਘਟੀ ਹੈ। ਸੋ ਉਹ ਡਾਟਾ ਕੀ ਦੱਸਦਾ? ਇਹੀ ਦੱਸਦਾ ਨਾ ਕਿ ਅਸੀਂ ਵਧੀਆ ਖਾਣਾ ਦੇ ਰਹੇ ਹਾਂ। ਸੋ ਜੇ ਕੋਈ ਮੈਂਬਰ ਪਾਰਲੀਮੈਂਟ ਉੱਥੇ ਜਾ ਕੇ ਕਿਸੇ ਵਰਕਰ ਦੇ ਆਖੇ ਇਹੋ ਜਿਹੇ ਤੱਥ ਪੇਸ਼ ਕਰਦਾ ਤਾਂ ਮੈਨੂੰ ਲੱਗਦਾ ਕਿ ਉਹਦੀ ਕੈਪੇਬਿਲਿਟੀ ਤੇ ਵੀ ਸਵਾਲ ਉੱਠਦੇ ਨੇ। ਜਾਂ ਮੈਂ ਕਹਾਂ ਕਿ ਇਹ ਜਿਹੜੀਆਂ ਪਾਰਟੀਆਂ ਦੇ ਵਿੱਚ ਗਿਰਾਵਟ ਆਉਂਦੀ ਹੈ, ਲੋਕ ਪਸੰਦ ਕਰਨਾ ਹਟ ਜਾਂਦੇ ਨੇ, ਉਹ ਤਾਂ ਹੀ ਹਟਦੇ ਜਦੋਂ ਉਹ ਤੱਥਾਂ ਦੇ ਆਧਾਰ ਤੇ ਗੱਲ ਨਹੀਂ ਕਰਦੇ, ਸਿਰਫ ਤੇ ਸਿਰਫ ਇੱਕ ਪੋਲੀਟੀਕਲ ਏਜੰਡੇ ਨੂੰ ਲੈ ਕੇ ਗੱਲ ਕਰਦੇ। ਜਿਹੜੇ ਮਾਪਿਆਂ ਦੇ ਬੱਚੇ ਉਹਨਾਂ ਸੈਂਟਰਾਂ ਦੇ ਵਿੱਚ, ਆਂਗਨਵਾੜੀ ਸੈਂਟਰਾਂ ਦੇ ਵਿੱਚ ਜਾਂਦੇ ਨੇ ਜਾਂ ਜਿਹੜੇ ਇਹ ਖਾਣਾ ਖਾਂਦੇ ਨੇ ਜਾਂ ਜਿਨ੍ਹਾਂ ਨੇ ਇਹ ਖਾਣਾ ਖਾਣਾ, ਉਹਨਾਂ ਨੂੰ ਕੀ ਕਿਵੇਂ ਭਰੋਸਾ ਦੇਣਾ ਚਾਹੋਗੇ ਆਖਿਰ ਦੇ ਵਿੱਚ? ਮੈਂ ਸਮਝਾਂ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਸ਼ੰਕਾ ਉੱਠ ਖੜਦੀ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਤਾਂ ਬੱਚੇ ਨੂੰ ਲੈ ਕੇ ਹਰ ਕੋਈ ਜਿਹੜਾ ਹੈਗਾ ਘਬਰਾ ਜਾਂਦਾ, ਡਰ ਜਾਂਦਾ ਕਿ ਸਾਡਾ ਬੱਚਾ ਕਿਤੇ ਉਹਨੂੰ ਕੋਈ ਮਾੜੀ ਚੀਜ਼ ਤਾਂ ਨਹੀਂ ਮਿਲ ਰਹੀ। ਬਿਲਕੁਲ ਜੀ, ਔਰ ਮੈਂ ਕਹਾਂਗੀ ਕੋਸ਼ਿਸ਼ ਇਹੀ ਕੀਤੀ ਜਾਂਦੀ ਹੈ ਕਿਉਂਕਿ ਲੋਕ ਤਾਂ ਆਪਣੇ ਬੱਚਿਆਂ ਨੂੰ ਲੈ ਕੇ ਪਹਿਲਾਂ ਹੀ ਬਹੁਤ ਜ਼ਿਆਦਾ ਅਵੇਅਰ ਹੁੰਦੇ ਨੇ ਤਾਂ ਉਹਨਾਂ ਨੂੰ ਲੱਗਦਾ ਪਤਾ ਨਹੀਂ ਕੀ ਦਿੱਤਾ ਜਾਂਦਾ। ਪਰ ਮੈਂ ਇੱਕ ਗੱਲ ਦੱਸ ਦੇਵਾਂ, ਕਿਸੇ ਵੀ ਬੈਨੀਫਿਸ਼ਰੀ ਨੇ, ਗੱਲ ਉਦੋਂ ਹੁੰਦੀ ਹੈ ਜਦੋਂ ਕੋਈ ਬੈਨੀਫਿਸ਼ਰੀ ਆ ਕੇ ਸਾਨੂੰ ਕਵੇ, ਕਦੇ ਕਿਸੇ ਬੈਨੀਫਿਸ਼ਰੀ ਨੇ ਰਿਪੋਰਟ ਨਹੀਂ ਕੀਤਾ ਇਸ ਤਰ੍ਹਾਂ ਦੀ ਕੋਈ ਗਲਤ ਗੱਲ ਵੀ ਤੁਸੀਂ ਸਾਨੂੰ ਗਲਤ ਖਾਣਾ ਦੇ ਰਹੇ ਹੋ। ਪਰ ਮੈਂ ਆਪਣੇ ਵੱਲੋਂ ਉਹਨਾਂ ਨੂੰ ਭਰੋਸਾ ਦਵਾਉਣੀ ਹੈ ਕਿ ਜੇ ਇਹ ਡਾਟਾ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਵੀ ਅਸੀਂ ਬੱਚਿਆਂ ਨੂੰ ਸਹੀ ਖਾਣਾ ਦੇ ਰਹੇ ਹਾਂ, ਤਾਂ ਉਹਨਾਂ ਨੂੰ ਸਾਡੇ ਤੇ ਭਰੋਸਾ ਕਰਨਾ ਚਾਹੀਦਾ, ਮਾਨ ਸਰਕਾਰ ਤੇ ਭਰੋਸਾ ਕਰਨਾ ਚਾਹੀਦਾ। ਔਰ ਮੈਂ ਇੱਕ ਡਾਕਟਰ ਹੋਣ ਦੇ ਨਾਤੇ ਵੀ ਆਪਣੇ ਵੱਲੋਂ ਭਰੋਸਾ ਦਵਾਉਣੀ ਹੈ ਕਿ ਕਿਉਂਕਿ ਡਾਕਟਰ ਕਦੀ ਆਪਣੇ ਮਰੀਜ਼ਾਂ ਦਾ ਬੁਰਾ ਨਹੀਂ ਸੋਚਦਾ। ਸੋ ਇਸੇ ਤਰ੍ਹਾਂ ਇਹ ਜਿਹੜੇ ਸਾਡੇ ਲੋਕ ਨੇ, ਸਾਡੇ ਆਪਣੇ ਲੋਕ ਨੇ, ਅਸੀਂ ਕਿਵੇਂ ਉਹਨਾਂ ਦਾ ਮਾੜਾ ਸੋਚ ਸਕਦੇ ਹਾਂ?